ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਇਤਿਹਾਸਕ ਸਮੱਗਰੀ ਦੇ ਗਰਮਾਏ ਮੁੱਦੇ ਉੱਪਰ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਐਜੀਪੀਸੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਐਜੀਪੀਸੀ ਦੀ ਮੀਟਿੰਗ ਉਪਰੰਤ ਦੱਸਿਆ ਕਿ ਕੁਝ ਅਫਸਰਾਂ ਵੱਲੋਂ ਗਲਤ ਜਾਣਕਾਰੀ ਦਰਜ ਕੀਤੀ ਗਈ ਸੀ ਜਿੱਥੇ ਮੇਰੇ ਦਸਤਖਤ ਹਨ ਉਸ ਲਈ ਮੈਂ ਜ਼ਿੰਮੇਵਾਰ ਹਾਂ ਇਸ ਮੌਕੇ ਤੇ ਕੁਲਵੰਤ ਸਿੰਘ ਰੰਧਾਵਾ ਸਾਬਕਾ ਸਕੱਤਰ ਨੇ ਕਿਹਾ ਸਭ ਤੋਂ ਵੱਡੀ ਗੱਲ ਤਾਂ ਆ ਵੀ ਹਰ ਇੱਕ ਜਿਹੜਾ ਅਡਰੋ ਅਡਰੇ ਸੀ ਜਿੱਦਾਂ ਸਰ ਅਨੁਰਾਗ ਸਿੰਘ ਜੀ ਅਡਰੇ ਅਡਰੇ ਆਪਣੇ ਫੇਸਬੁੱਕ 'ਤੇ ਪਾਉਂਦੇ ਸੀ ਉਹਨਾਂ ਗੱਲ ਕਲੀਅਰ ਕੀਤੀ ਆ ਵੀ ਤੁਸੀਂ ਇੱਥੇ ਬਾਹਰ ਜੋ ਗੱਲ ਕਰਦੇ ਹੋ ਤੁਸੀਂ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ ਤੁਸੀਂ ਇਸ ਅਦਾਰੇ ਵਿੱਚ ਕੰਮ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਅਤੇ ਤੁਸੀਂ ਤੁਹਾਡੇ ਕੋਲ ਇਸ ਵਾਰ ਰਿਕਾਰਡ ਵੀ ਲੈ ਕੇ ਗਏ ਹੋ ਫਿਰ ਤੁਸੀਂ ਜੇ ਕੋਈ ਤੁਹਾਨੂੰ ਗੱਲ ਸੀ ਤਾਂ ਤੁਸੀਂ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਕਰਨੀ ਚਾਹੀਦੀ ਸੀ ਤੈਨੂੰ 2009 ਵਿੱਚ 2009 ਦਾ ਮੈਂ ਜਵਾਬ ਕੋਈ ਨਹੀਂ ਦੇ ਸਕਦਾ ਇਹ ਤੁਸੀਂ ਉਹਨਾਂ ਕੋਲ ਪੁੱਛੋ ਮੈਂ ਦਸੰਬਰ 1999 ਦੇ ਵਿੱਚ ਰਿਟਾਇਰ ਹੋ ਗਿਆ ਉਸ ਤੋਂ ਪਹਿਲਾਂ ਤਾਂ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਲੇਕਿਨ ਜੋ ਜਾਣਕਾਰੀ ਬਾਅਦ 'ਚ ਹੈ ਮੈਨੂੰ ਅੱਜ ਬੁਲਾਇਆ ਗਿਆ ਸੀ ਬਹੁਤਾ ਮੇਨ ਮਕਸਦ ਸੀ ਅਤੇ ਮੇਰੇ ਦਸਖਤ ਆ ਮੈਂ ਵਸੂਲ ਕੀਤਾ ਮੈਂ ਸਪੱਸ਼ਟ ਕਰਤਾ ਇਹ ਜੋ ਕੀਤਾ ਮੈਂ ਜ਼ਿੰਮੇਵਾਰੀ ਲੈਣਾ ਇਹ ਠੀਕ ਆ ਮੇਰੇ ਦਸਖਤ ਆ ਇਹ ਆਇਆ ਜਿਹਨੇ ਵਸੂਲ ਕੀਤਾ ਸਰਦਾਰ ਬਲਬੀਰ ਸਿੰਘ ਲਾਇਬ੍ਰੇਰੀਅਨ ਸੀ ਉਹਨੂੰ ਵੀ ਬੁਲਾਇਆ ਗਿਆ ਔਰ ਉਸਨੂੰ ਮੈਂ ਇਹ ਗੱਲ ਬੜੀ ਕਲੀਅਰ ਸੀ ਵੀ ਮੇਰੇ ਜਦੋਂ ਅਸੀਂ ਜੋ ਕੁਝ ਵਸੂਲ ਕੀਤਾ ਉਸ ਤੋਂ ਬਾਅਦ ਕੁਝ ਉਹਦੇ ਵਿੱਚ ਕੁਝ ਰਾਈਟਿੰਗ ਜਿਹੜੀ ਆ ਕੁਝ ਕੁਝ ਅਫੀਸਰ ਨੇ ਗਲਤ ਦਰਜ ਕੀਤੀ ਆ ਮੈਂ ਉਹਨੂੰ ਵੀ ਪੁਆਇੰਟ ਆਊਟ ਕੀਤਾ ਵੀ ਉਹ ਕਿਸ ਨੇ ਕੀਤਾ ਇਹ ਬਲਬੀਰ ਸਿੰਘ ਇੱਥੇ ਆਇਆ ਤੁਸੀਂ ਉਹਨੂੰ ਪੁੱਛ ਸਕੋ ਮੈਂ ਆਪਣੀ ਪਿਛਣ ਬੜੀ ਕਲੀਅਰ ਦੱਸਦਾ ਤੁਹਾਨੂੰ ਅਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਕਹਿ ਸਕਦਾ ਵੀ ਇਹ ਸਮਾਨ ਜੋ ਆਇਆ ਜਿੱਥੇ ਮੇਰੇ ਦਸਖਤ ਆ ਉਹ ਮੈਂ ਕਮਿਟ ਕਰ ਸਕਦਾ ਔਰ ਉਹ ਨਹੀਂ ਨਹੀਂ ਸਮਾਨ ਜਿਹੜਾ ਆ ਇੱਕ ਜਿਹੜਾ ਜਿੱਥੇ ਮੇਰੇ ਦਸਖਤ ਆ ਮੈਂ ਉਹਨਾਂ ਬਾਰੇ ਦੱਸਦਾ ਵੀ ਇੱਕੋ ਆਇਆ ਹੋਰ ਕਈ ਅਧਿਕਾਰੀ ਨੇ ਜਿਨ੍ਹਾਂ ਨੇ ਆਰਡਰ ਤੌਰ 'ਤੇ ਵਸੂਲ ਕੀਤਾ ਇਹਦੇ ਬਾਰੇ ਸਾਰੀ ਡਿਟੇਲ ਜਿਹੜੀ ਆ ਉਹ ਦਫ਼ਤਰ ਵਿੱਚ ਮੌਜੂਦ ਆ ਕਿੰਨੇ ਕਿੰਨੇ ਵਸੂਲ ਕੀਤਾ ਔਰ ਕੀ ਵਸੂਲ ਅੱਜ ਕਲੀਅਰ ਹੋਇਆ ਜੀ ਕਿੰਨੀ ਵਾਰੀ ਆਇਆ ਬਿਲਕੁਲ ਕਲੀਅਰ ਆ ਸਾਰੀ ਲਿਸਟ ਜਿਹੜੀ ਆ ਉਸਦਾ ਰੂਪ ਸਿੰਘ ਕੋਲ ਕਿੰਨੀ ਵਾਰੀ ਆਇਆ ਨਹੀਂ ਕਿੰਨੀ ਵਾਰੀ ਤਾਂ ਮੈਂ ਤੁਹਾਨੂੰ ਇੱਕੋ ਗੱਲ ਉਹਨਾਂ ਨਹੀਂ ਉਹਨਾਂ ਤੁਸੀਂ ਆ ਮੀਟਿੰਗ ਦੇ ਵਿੱਚ ਉਹਨਾਂ ਸਾਰੀ ਡਿਟੇਲ ਦਿੱਤੀ ਆ ਉਹਨਾਂ ਸਾਰੀ ਡਿਟੇਲ ਉਹਨਾਂ ਇਹ ਵੀ ਕੀਤਾ ਵੀ ਜੇ ਤੁਸੀਂ ਅੱਜ ਅਸੀਂ ਤੁਹਾਡੇ ਸਾਹਮਣੇ ਤੁਸੀਂ ਉਹਨਾਂ ਕੋਲ ਬਾਅਦ 'ਚ ਪੁੱਛ ਸਕਦੇ ਹੋ ਉਹ ਦੱਸ ਦੇਣਗੇ ਤੁਹਾਨੂੰ ਸਾਰੀ ਲਿਸਟ ਉਹਨਾਂ ਕੋਲ ਪਈ ਆ ਕੋਈ ਲਗਾਉਣ ਵਾਲੀ ਗੱਲ ਸਾਹਿਬ ਜੀ ਤੁਸੀਂ ਕਿਹਾ ਸੀ ਤੁਸੀਂ ਦਸਖਤ ਕੀਤੇ ਨੇ ਪਰ ਤੁਸੀਂ ਸਮਾਨ ਨਹੀਂ ਸੀ ਵੇਖਿਆ ਤੁਸੀਂ ਬਲਬੀਰ ਸਿੰਘ ਦੇ ਕਹੇ ਤੇ ਮੇਰੀ ਇੱਕ ਗੱਲ ਸੁਣੋ ਇਹ ਦਫ਼ਤਰ ਹਰ ਬੰਦਾ ਜਿਹੜਾ ਮੈਂ ਐਜ ਏ ਅਸਿਸਟੈਂਟ ਸੈਕਟਰੀ ਚਾਹੁੰਦਾ ਉਹਨੂੰ ਕੋਈ ਭੇੜ ਨਹੀਂ ਹੁੰਦੀ ਉਦੋਂ ਅਸੀਂ ਸਿਰਫ ਤਿੰਨ ਅਸਿਸਟੈਂਟ ਸੈਕਟਰੀ ਇੱਕ ਸੈਕਟਰੀ ਹੁੰਦਾ ਸੀ ਧਰਮ ਪ੍ਰਚਾਰ ਦਾ ਅਸਿਸਟੈਂਟ ਸੈਕਟਰੀ ਇੱਕ ਮੈਂ ਸਾਂ ਇੱਕ ਸਰ ਅਵਿਨਾਸ਼ੀ ਸਿੰਘ ਸੀ ਇਸ ਤੋਂ ਵੱਧ ਨਹੀਂ ਸੀ ਸਰ ਭਾਨ ਸਿੰਘ ਜਿਹੜੇ ਆ ਸਾਰਿਆਂ ਤੋਂ ਜ਼ਿੰਮੇਵਾਰ ਉਹ ਸੀ ਇਸ ਮਹਿਕਮੇ ਦੇ ਉਹਨਾਂ ਨੇ ਦਸਖਤ ਪਹਿਲਾਂ ਕੀਤੀ ਉਹਨਾਂ ਨੇ ਦਸਖਤ ਕਰਨ ਤੋਂ ਬਾਅਦ ਲਾਇਬ੍ਰੇਰੀ ਨੂੰ ਕਿਹਾ ਵੀ ਕਿਸੇ ਹੋਰ ਸਕੱਤਰ ਦੇ ਵੀ ਨਾਲ ਕਰਾ ਲਓ ਉਹ ਮੇਰੇ ਕੋਲ ਆਇਆ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਪਹਿਲਾ ਸਵਾਲ ਹੀ ਲਾਇਬ੍ਰੇਰੀ 'ਤੇ ਇਹ ਕੀਤਾ ਵੀ ਇਹ ਸਮਾਨ ਹੈ ਕਿਹਦੇ ਕੋਲ ਉਹ ਆਂਦਾ ਮੈਂ ਵਸੂਲ ਕੀਤਾ ਮੈਂ ਉਹਦੇ ਕੋਲ ਆਪਣੇ ਸਾਹਮਣੇ ਲਿਖਾਇਆ ਵੀ ਇਹ ਲੇਖ ਇਹ ਮੈਂ ਉਹਨੇ ਫਿਰ ਲਿਖਿਆ ਉਹਦੇ ਉੱਤੇ ਸਾਰਾ ਲਿਖਿਆ ਉਸ ਤੋਂ ਬਾਅਦ ਮੈਂ ਦਸਖਤ ਕੀਤੀ ਅਤੇ ਜਦੋਂ ਇੱਕ ਸਾਡਾ ਜ਼ਿੰਮੇਵਾਰ ਅਧਿਕਾਰੀ ਸਾਨੂੰ ਕਹਿਣ ਡਿਆ ਵੀ ਇਹ ਲਿਸਟ 'ਤੇ ਜਿਹੜਾ ਸਮਾਨ ਆ ਮੈਂ ਲੈ ਲਿਆ ਅਤੇ ਮੇਰਾ ਸੀਨੀਅਰ ਜਿਹੜਾ ਉਸਨੂੰ ਜਸਟੀਫਾਈ ਉਹਤੇ ਦਸਖਤ ਕਰਨ ਡਿਆ ਅਤੇ ਮੇਰਾ ਉਹਨੂੰ ਦੁਬਾਰਾ ਚੈਕਿੰਗ ਕਰਨਾ ਆਪਣੇ ਸੀਨੀਅਰ 'ਤੇ ਬੇਵਿਸ਼ਵਾਸੀ ਸੀ 20 ਸਾਲ ਹੋ ਗਏ ਨੇ ਪਰ ਤੁਹਾਨੂੰ ਯਾਦ ਹੈ ਵੀ ਉਹਨਾਂ ਵਿੱਚੋਂ ਜਿਹੜੀ ਲਿਸਟ ਤਾਂ ਵੇਖੀ ਹੋਈ ਸੀ ਤੁਸੀਂ ਮੈਂ ਲਿਸਟ ਵੇਖੀ ਨਹੀਂ ਮੈਂ ਸਾਹਿਬ ਭਾਨ ਸਿੰਘ ਦੇ ਦਸਤ ਵੇਖੇ ਆ ਜਾਂ ਅਖੀਰ 'ਤੇ ਜੋ ਬਲਬੀਰ ਸਿੰਘ ਕੋਲ ਲਿਖਾਇਆ ਵੀ ਇਸ ਲਿਸਟ ਜਿਹੜੀ ਆ ਇਹਦੇ ਇਹ 'ਤੇ ਜੋ ਸਮਾਨ ਆਇਆ ਇਹ ਮੈਂ ਵਸੂਲ ਕਰ ਲਿਆ ਇਹ ਇਹ ਪੜਤਾਲ ਦਾ ਵਿਸ਼ਾ ਇਹ ਇਹ ਹੁਣ ਦਫ਼ਤਰ ਦਾ ਕੰਮ ਆ ਜੇ ਇਹ ਇਸ਼ੂ ਹੁਣ ਰੱਖਿਆ ਵੀ ਜਿਹੜਾ ਸਮਾਨ ਆਇਆ ਉਹ ਹੁਣ ਲਾਇਬ੍ਰੇਰੀ ਨੇ ਇੱਥੇ ਕਹਿੰਦਾ ਵੀ ਉਹ ਆਉਂਦਾ ਮੈਂ ਸਾਰਾ ਸਮਾਨ ਜਿਹੜਾ ਇੱਥੇ ਲਾਇਬ੍ਰੇਰੀ 'ਚ ਲੈ ਕੇ ਰੱਖ ਲਿਆ ਸੀ ਇਹ ਦਰਜ ਕੀਤਾ ਨਹੀਂ ਕੀਤਾ ਇਹ ਹੁਣ ਲਾਇਬ੍ਰੇਰੀ ਦਾ ਇਹ ਇੰਡੀਪੈਂਡੈਂਟ ਮਹਿਕਮਾ ਮੈਂ ਤੁਹਾਨੂੰ ਇੱਕ ਬੜੀ ਗੱਲ ਬੜੀ ਸਪੇ ਇੱਕ ਸਿੱਖ ਇਤਿਹਾਸ ਰਿਸਰਚ ਬੋਰਡ ਜਿਹੜਾ ਨਾ ਇਹ ਐਕਟ ਮੁਤਾਬਕ ਇੰਡੀਪੈਂਡੈਂਟ ਮਹਿਕਮਾ ਹੈ ਜਿਸ ਤਰ੍ਹਾਂ ਧਰਮ ਪ੍ਰਚਾਰ ਦਾ ਮਹਿਕਮਾ ਇਹ ਬੋਰਡ ਦੇ 5 ਮੈਂਬਰ ਹਰ ਵਾਰਾ ਉਦੋਂ ਨਾਮਜ਼ਦ ਹੁੰਦੇ ਜਦੋਂ ਨਵਾਂ ਹਾਊਸ ਕੰਸਟੀਚਿਊਟ ਹੁੰਦਾ ਆ ਉਸ ਬੋਰਡ ਦੇ ਵਿੱਚੋਂ 5 ਮੈਂਬਰ ਨਾਮਜ਼ਦ ਹੁੰਦੇ ਆ ਬਕਾਇਦਾ ਉਹਨਾਂ ਦਾ ਪ੍ਰਧਾਨ ਜਿਹੜਾ ਪ੍ਰਧਾਨ ਹੁੰਦਾ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਹੁੰਦਾ ਇਹ ਇੰਡੀਪੈਂਡੈਂਟ ਮਹਿਕਮਾ ਉਹਦੇ 'ਚ ਸਿੱਧਾ ਹਰ ਇੱਕ ਜਿਹੜਾ ਸੈਕਟਰੀ ਉਹ ਦਖਲ ਨਹੀਂ ਦੇ ਸਕਦਾ